ਆਵਾਜ਼ ਔਰ ਤਸਵੀਰ ਦੀ ਦੁਨੀਆ ਦੇ ਦੋਸਤੋ ਅਸਲਾਮ ਅਲੈਕਮ। ਮੈਂ ਮਕਸੂਦ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪੰਜਾਬੀ ਸੈਰ ਸਪਾਟਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਜਗ੍ਹਾ ਦੀ ਸੈਰ ਔਰ ਨਵੀਂ ਤੋਂ ਨਵੀਂ ਜਗ੍ਹਾ ਦੀ ਮਾਲੂਮਾਤ ਦਿੰਦੇ ਹਾਂ, ਅਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਈਦ ਦਾ ਸੇਲ ਮੇਲਾ, ਉਹ ਵੀ ਕਿ ਬੱਚਿਆਂ ਦਾ ਬਚਕਾਨਾ ਸੂਟ। ਔਰ ਇਸ ਤੋਂ ਪਹਿਲੇ ਕਿ ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਔਰ ਇਸੇ ਤਰ੍ਹਾਂ ਦੀ ਮਾਲੂਮਾਤ ਜਿਹੜੀ ਹੈ ਕਿ ਉਹ ਸਾਡੇ ਕੋਲੋਂ ਲੈਂਦੇ ਰਹੋ। ਔਰ ਜਿਸਨੇ ਲੋਕਾਂ ਨੇ ਪਹਿਲੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਜੀ ਅਸੀਂ ਤਹਿ ਦਿਲ ਦੇ ਨਾਲ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਅੱਜ ਜਨਾਬ ਬਚਕਾਨਾ ਸੂਟਾਂ ਦਾ ਅਸੀਂ ਮੇਲਾ ਲੈ ਕੇ ਆਏ ਹਾਂ, ਸੇਲ ਮੇਲਾ। ਔਰ ਉਹ ਵੀ ਇੱਕ ਜਿਹੜਾ ਕਿ ਹੋਲਸੇਲ ਦੇ ਹਿਸਾਬ ਦੇ ਨਾਲ, ਤੁਹਾਨੂੰ ਪਤਾ ਕਿ ਬਚਕਾਨਾ ਸੂਟ ਦੀ ਬੜੀ ਡਿਮਾਂਡ ਹੁੰਦੀ ਹੈ। ਅਤੇ ਇਹ ਜਨਾਬ ਇੱਕ ਸ਼ੋਪ 'ਤੇ ਆਏ ਹਾਂ ਜਿੱਥੇ ਕਿ ਬਚਕਾਨਾ ਸਾਈਜ਼ ਜਿਹੜੇ ਨੇ ਮੁਖਤਲਿਫ ਉਹ ਨਜ਼ਰ ਆ ਰਹੇ ਨੇ। ਇੱਥੇ ਤੁਹਾਨੂੰ 15 ਸਾਈਜ਼ ਵੀ ਮਿਲ ਜਾਏਗਾ, 20 ਸਾਈਜ਼ ਵੀ ਮਿਲੇਗਾ, 26 ਸਾਈਜ਼ ਵੀ ਮਿਲੇਗਾ ਔਰ 30 ਸਾਈਜ਼ ਵੀ ਔਰ 36 ਸਾਈਜ਼ ਤੱਕ ਵੀ ਜਿਹੜਾ ਤੁਹਾਨੂੰ ਜਿਹੜਾ ਨਾ ਇੱਥੋਂ ਮਿਲ ਜਾਂਦਾ ਵੇ। ਇੱਥੇ ਜੀ ਮੁਖਤਲਿਫ ਵਰਾਇਟੀ ਹੁੰਦੀ ਹੈ, ਮੁਖਤਲਿਫ ਡਿਜ਼ਾਇਨਿੰਗ ਹੈ ਔਰ ਮੁਖਤਲਿਫ ਹੀ ਕੱਪੜਾ ਵੇ। ਇਹ ਤੁਹਾਨੂੰ ਇੱਥੇ 2 ਪੀਸ, ਇਹ ਤੁਸੀਂ 2 ਪੀਸ ਦੇਖ ਰਹੇ ਜੇ, ਇਹਨੂੰ 2 ਪੀਸ ਕਿਹਾ ਜਾਂਦਾ ਵੇ। ਔਰ ਇਸ ਤਰ੍ਹਾਂ ਹੀ ਤੁਸੀਂ ਜਿਹੜਾ ਨਾ ਕਿ 3 ਪੀਸ ਵੀ ਜਿਹੜਾ ਨਾ ਇੱਥੋਂ ਲੈ ਸਕਦੇ ਜੇ। ਔਰ ਇੱਥੋਂ ਤੁਸੀਂ ਆ ਕੇ 1 ਪੀਸ ਵੀ, ਯਾਨੀ ਕਿ ਖਾਲੀ ਕੁੜਤਾ ਹੀ ਜਿਹੜਾ ਨਾ ਉਹ ਵੀ ਤੁਸੀਂ ਇਹ ਲੈ ਸਕਦੇ ਜੇ। ਇਹ ਦੇਖ ਰਹੇ ਹੋ ਤੁਸੀਂ, ਇਹ 2 ਪੀਸ ਇਹਨੂੰ ਕਿਹਾ ਜਾਂਦਾ ਵੇ। ਅਤੇ ਈਦ ਦੀ ਸ਼ੋਪਿੰਗ ਜੀ, ਈਦ ਦਾ ਸੇਲ ਮੇਲਾ, ਅਤੇ ਮੈਂ ਕਿਹਾ ਤੁਹਾਨੂੰ ਜਲਦੀ ਜਲਦੀ ਜਿਹੜਾ ਨਾ ਕਿ ਅਸੀਂ ਇਹ ਵੀਡੀਓ ਦਿਖਾ ਦਈਏ ਅਤੇ ਜਲਦੀ ਜਲਦੀ ਜਿਹੜਾ ਨਾ ਤੁਹਾਨੂੰ ਇਹ ਮੁਤਾਰਫ ਕਰਵਾ ਦਈਏ ਤਾਂ ਕਿ ਤੁਹਾਨੂੰ ਪਤਾ ਚੱਲ ਜਾਵੇ। ਇਹ ਸਾਰੇ ਜਨਾਬ 3 ਪੀਸ ਨੇ, ਮੁਖਤਲਿਫ ਪ੍ਰਾਈਜ਼ ਹੈ ਔਰ ਹੋਲਸੇਲ ਦੇ ਹਿਸਾਬ ਦੇ ਨਾਲ ਜਿਹੜਾ ਨਾ ਇਹ ਪ੍ਰਾਈਜ਼ ਹੈ। ਅਤੇ ਜਲਦੀ ਦੇ ਨਾਲ ਜਨਾਬ ਆਪਣਾ ਫੋਨ ਨੰਬਰ ਜਨਾਬ ਆਪਣਾ ਫੋਨ ਉਠਾਓ ਅਤੇ ਜਨਾਬ ਫੌਰਨ ਜਨਾਬ ਜਿਹੜਾ ਨਾ ਕਿ ਤੁਸੀਂ ਕਾਲ ਕਰ ਸਕਦੇ ਜੇ। ਔਰ ਇਹ ਕੈਸ਼ ਹੋਮ ਡਿਲੀਵਰੀ ਵੀ ਇੱਥੇ ਮੌਜੂਦ ਹੈ, ਇਹ ਵੀ ਸਰਵਿਸ ਇਹਨਾਂ ਦੀ ਅਵੇਲੇਬਲ ਹੈ। ਅਤੇ ਨੁਮਾਇੰਦਾ ਜਿਹੜਾ ਕਿ ਤੁਹਾਨੂੰ ਚੀਜ਼ ਦਏਗਾ ਅਤੇ ਤੁਸੀਂ ਜਾ ਕੇ ਜਨਾਬ ਆਪਣਾ ਚੀਜ਼ ਲੈ ਕੇ ਅਤੇ ਤੁਸੀਂ ਉਹਨਾਂ ਨੂੰ ਪੈਸੇ ਦੇ ਸਕਦੇ ਜੇ। ਅਤੇ ਇਹ ਸਾਰਾ ਜਿਤਨਾ ਵੀ ਨਿਜ਼ਾਮ ਹੈ ਇਹ ਜਨਾਬ ਸਾਰਾ ਜੁੜਿਆ ਹੋਇਆ ਵੇ ਹੋਲਸੇਲ ਦੇ ਨਾਲ। ਇਹ ਤੁਸੀਂ ਹੋਲਸੇਲ ਦਾ ਜਿਤਨਾ ਵੀ ਨਿਜ਼ਾਮ ਹੈ, ਇਹ ਵੀ 2 ਪੀਸ ਨੇ, ਇਹਨਾਂ ਨੂੰ ਵੀ 2 ਪੀਸ ਕਿਹਾ ਜਾਂਦਾ ਵੇ। ਇਹ ਸਾਰੇ ਜਨਾਬ ਇੱਥੇ 1 ਪੀਸ, 2 ਪੀਸ, 3 ਪੀਸ, ਹਰ ਤਰ੍ਹਾਂ ਦੀ ਜਿਹੜੀ ਕਿ ਤੁਹਾਨੂੰ ਇੱਥੇ ਵਰਾਇਟੀ ਜਿਹੜੀ ਹੈ ਨਾ ਮਿਲਦੀ ਹੈ, ਜਿਸ ਤਰ੍ਹਾਂ ਕਿ ਲੋਨ ਹੋ ਗਿਆ, ਕਾਟਨ ਹੋ ਗਿਆ, ਠੀਕ ਹੈ, ਗਰਮੀਆਂ ਦਾ ਜਿਤਨਾ ਵੀ ਸੀਜ਼ਨ ਹੈ ਜਿਹੜਾ ਨਾ ਤੁਹਾਨੂੰ ਇਸ ਸ਼ੋਪ ਦੇ ਉੱਤੋਂ ਇਹ ਮਿਲ ਸਕਦਾ ਵੇ। ਅਤੇ ਬਾਕੀ ਜਨਾਬ ਇਸ ਵੀਡੀਓ ਨੂੰ ਦੇਖਣ ਦਾ ਅਤੇ ਸਾਨੂੰ ਸੁਣਨ ਦਾ ਤੁਹਾਡਾ ਬਹੁਤ ਸ਼ੁਕਰੀਆ। ਅਤੇ ਬਹੁਤ ਜਲਦ ਮਿਲਦੇ ਹਾਂ ਇੱਕ ਨਵੀਂ ਜਗ੍ਹਾ 'ਤੇ ਅਤੇ ਇੱਕ ਨਵੀਂ ਵੀਡੀਓ ਦੇ ਵਿੱਚ। ਉਨੀ ਦੇਰ ਤੱਕ ਆਪਣਾ ਖਿਆਲ ਰੱਖੋ, ਆਪਣੀ ਫੈਮਿਲੀ ਦਾ ਖਿਆਲ ਰੱਖੋ, ਸਾਨੂੰ ਇਜਾਜ਼ਤ ਦਿਓ। ਅੱਲਾ ਹਮੀਓ ਨਾਸਰ ਹੋ ਅਤੇ ਰੱਬ ਰਾਖਾ ਜੀ।